ਜ਼ਿਲ੍ਹਾ ਗੁਰਦਾਸਪੁਰ ਦੇ SSP ਹਰਚਰਨ ਸਿੰਘ ਭੁੱਲਰ ਵੱਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਕਲਾਨੌਰ 'ਚ ਇੱਕ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਮੌਤਬਰ ਲੋਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ SSP ਭੁੱਲਰ ਵੱਲੋਂ ਲੋਕਾਂ ਨੂੰ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਕਲਾਨੌਰ ਦੇ DSP ਗੁਰਬੰਤ ਸਿੰਘ ਬੈਂਸ ਅਤੇ SHO ਮੱਖਣ ਸਿੰਘ ਵੀ ਮੌਜੂਦ ਸਨ। ਅੱਜ ਦੀ ਮੀਟਿੰਗ ਦਾ ਮੇਰਾ ਪਰਪਸ ਸੀ ਉਹ ਸੁਸਾਇਟੀ ਦੇ ਵਿੱਚ ਅਵੇਅਰਨੈਸ ਦੇਣ ਦੀ, ਅਤੇ ਸਾਨੂੰ ਸਾਰਿਆਂ ਨੂੰ ਸੁਸਾਇਟੀ ਦੇ ਹਰੇਕ ਅੰਗ ਨੂੰ ਇਕੱਠੇ ਹੋ ਕੇ ਪਿੰਡ ਪੱਧਰ 'ਤੇ ਜਿਹੜੇ ਕੋਈ ਨਸ਼ੇ ਬੰਦੇ ਵੇਚਦੇ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਦੇਈਏ, ਤਾਂ ਕਿ ਪੁਲਿਸ ਉਹਨਾਂ ਦੇ ਖਿਲਾਫ਼ ਜਿਹੜਾ ਸ਼ਿਕਾਇਤ ਕਰ ਸੀ ਉਹਨਾਂ ਦੇ ਖਿਲਾਫ਼ ਐਕਸ਼ਨ ਲਵੇ। ਔਰ ਜਿਹੜੇ ਬੱਚੇ ਕਿਸੇ ਤਰੀਕੇ ਗੁੰਮਰਾਹ ਹੋ ਕੇ ਕੋਈ ਫਰਸਟ੍ਰੇਸ਼ਨ ਕਰਕੇ ਗੁੰਮਰਾਹ ਹੋ ਜਾਂਦੇ ਨੇ, ਜਿਹੜੇ ਬੱਚੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਦੇ ਕੋਈ ਕੈਂਪ ਲਗਵਾ ਕੇ ਉਹਨਾਂ ਦੇ ਜਿਹੜੇ ਨਸ਼ੇ ਛਡਾਈਏ। ਬਾਕੀ ਸੁਸਾਇਟੀ ਦੇ ਵਿੱਚ ਜਿਹੜੇ ਛੋਟੇ ਮੋਟੇ ਕ੍ਰਾਈਮ ਹੁੰਦੇ ਆ ਉਹਦੇ ਸੰਬੰਧੀ ਮੈਂ ਪਬਲਿਕ ਨੂੰ ਬੇਨਤੀ ਕੀਤੀ ਹੈ ਕਿ ਆਪਣਾ ਭਾਈਚਾਰਕ ਸਾਂਝ ਬਣਾਉਣਗੇ। ਉਹ ਜਿਹੜੇ ਨੇ ਛੋਟੇ ਮੋਟੇ ਝਗੜੇ ਪਿੰਡ ਪੱਧਰ 'ਤੇ ਹੱਲ ਕੀਤੇ ਜਾਣ, ਜਦੋਂ ਆਪਾਂ ਪੁਲਿਸ ਸਟੇਸ਼ਨ ਆਉਂਦੇ ਹਾਂ ਤਾਂ ਉਹਦੇ 'ਚ ਬਕਾਇਦਾ ਪ੍ਰੈਫਰ ਕਰਦੇ ਹਾਂ। ਇਹਦੇ ਬਾਰੇ ਮੈਂ ਪਬਲਿਕ ਨੂੰ ਬੇਨਤੀ ਕੀਤੀ ਹੈ ਔਰ ਨਾਲ ਇਹ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਟਿੱਕਰੀ ਬੇਰੇ ਲਾਏ ਜਾਣ ਸਰਦੀਆਂ ਦੀ ਰੁੱਤ 'ਤੇ, ਇਹਨਾਂ ਦਿਨਾਂ 'ਚ ਜਿਹੜੀਆਂ ਚੋਰੀਆਂ ਦੇ ਕੇਰਾਂ ਵੱਧ ਜਾਂਦੀਆਂ ਨੇ ਔਰ ਟਿੱਕਰੀ ਬੇਰੇ ਲਾ ਕੇ ਜਿਹੜਾ ਵਾਰਦਾਤਾਂ ਤੋਂ ਜਿਹੜਾ ਬਚੇ ਜਿਹੜੇ ਪਿੰਡਾਂ ਵਾਲੇ ਜਿਹੜੇ ਉਹ ਠੇਕੀ ਪੈਰ ਲਾਉਣਗੇ। ਜਿਹੜੇ ਪਿੰਡਾਂ ਦੇ ਵਿੱਚ ਠੇਕੀ ਪੈਰਾਂ ਦੀ ਜਿਹੜੀ ਡਿਊਟੀ ਲਾਉਣੀ ਹੈ ਉਹ ਸਾਡੇ ਜੈਲ ਅਫਸਰ ਜਿਹੜੇ ਹੈ ਨੇ ਉਹ ਨਾਲ ਜਾ ਕੇ ਉਹਨਾਂ ਬੰਦਿਆਂ ਦੀ ਜਿਹੜੀ ਡਿਊਟੀ ਨਾਲ ਜਾ ਕੇ ਲਵਾਦਰ ਕਰਨਗੇ ਕਿ ਆਹ ਫਣ ਫਣ ਬੰਦੇ SS ਦੇ ਰਹੇ ਨੇ। ਜਿੱਥੇ ਕਿਸੇ ਪੰਚ ਸਰਪੰਚ ਨੂੰ ਲੋੜ ਪੈਂਦੀ ਪੁਲਿਸ ਦੀ ਮਦਦ ਦੀ ਉਹ ਨਾਲ ਜਾ ਕੇ ਲਾਉਣਗੇ, ਅਦਰਵਾਈਜ਼ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਨੇ ਉਹ ਸਾਰੀਆਂ ਨਾਲੇ ਆਪਣੀ ਪੈਟਰੋਲਿੰਗ ਕਰਨਗੀਆਂ, ਨਾਲੇ ਠੇਕੀ ਪੈਰੇ ਵਾਲੇ ਜਵਾਨਾਂ ਨੂੰ ਚੈੱਕ ਕਰਨਗੇ। ਕਲਾਨੌਰ ਤੋਂ ਰਾਜਨ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।